ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਕੁਝ ਵਿਚਾਰਾਂ ਨੂੰ ਇੱਕ ਪੁਸਤਕ ਜੀਵਨ ਕਾਣੀ ਵਿੱਚ ਅੰਕਿਤ ਕੀਤੇ ਗਏ ਹਨ ਉਹਨਾਂ ਵਿੱਚੋਂ ਦੋ ਕਾਰਨ ਜਿਹੜਾ ਸਾਡਾ ਨਾਮ ਦਾ ਖੇੜਾ ਗਵਾਜ ਜਾਂਦਾ ਹੈ ਇਹਨਾਂ ਵਿਚਾਰਾਂ ਵੀ ਦਰਸਾਏ ਗਏ ਹਨ ਆਓ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਪਹਿਲਾ ਤੂੰ ਕਿਤੋਂ ਅਨਾਦਰ ਲਿਆ ਹੈ ਉਥੇ ਤੂੰ ਅੱਗੋਂ ਅਨਾਦਰ ਨਹੀਂ ਕੀਤਾ ਪਰ ਹੋਊ ਪਰੇ ਵੀ ਨਹੀਂ ਕਰ ਸਕਿਆ ਸੋ ਤੇਰੇ ਅੰਦਰ ਨਾ ਜਰੀ ਜਾ ਸਕਣ ਵਾਲੀ ਤੇ ਨਾ ਛੱਟੀ ਜਾ ਸਕਣ ਵਾਲੀ ਨਿਜ અપਮਾਨ ਦੀ ਪੀੜਾ ਨੱਪੀ ਗਈ ਹੈ ਫਿਰ ਤੇਰੇ ਮਨ ਨੇ ਇਸ ਕਾਰਨ ਵੱਲ ਰੁਖ ਨਹੀਂ ਕੀਤਾ ਤੇ ਚੇਤੇ ਨੇ ਸਹਾਇਤਾ ਨਹੀਂ ਕੀਤੀ ਸੋ ਮਲਕੜੇ ਤੇਰੇ ਨਾਮ ਨਾਲ ਖਿੜੀ ਸੁਰਤ ਦਬ ਗਈ ਹੈ ਤੇ ਨਾਲੇ ਹੀ ਖੇੜਾ ਟੁਰ ਗਿਆ ਹੈ ਹਾਂਜੀ ਪਹਿਲਾ ਕਾਰਨ ਖੇੜਾ ਗਵਾਜ ਗਿਆ ਦਾ ਕਿ ਤੂੰ ਕਿਤੋਂ ਅਨਾਦਰ ਲਿਆ ਹੈ ਉਥੇ ਤੂੰ ਅੱਗੋਂ ਅਨਾਦਰ ਨਹੀਂ ਕੀਤਾ ਪਰ ਹੋਊ ਪਰੇ ਵੀ ਨਹੀਂ ਕਰ ਸਕਿਆ ਸੋ ਤੇਰੇ ਅੰਦਰ ਨਾ ਜਰੀ ਜਾ ਸਕਣ ਵਾਲੀ ਤੇ ਨਾ ਛੱਟੀ ਜਾ ਸਕਣ ਵਾਲੀ ਨਿਜ ਅਪਮਾਨ ਦੀ ਪੀੜਾ ਨਪੀ ਗਈ ਹੈ ਫਿਰ ਤੇਰੇ ਮਨ ਨੇ ਇਸ ਕਾਰਨ ਵੱਲ ਰੁਖ ਨਹੀਂ ਕੀਤਾ ਤੇ ਚੇਤੇ ਨੇ ਸਹਾਇਤਾ ਨਹੀਂ ਕੀਤੀ ਸੋ ਮਲਕੜੇ ਤੇਰੇ ਨਾਮ ਵਾਲੀ ਖਿੜੀ ਸੁਰਤ ਦਬ ਗਈ ਹੈ ਤੇ ਨਾਲੇ ਹੀ ਖੇੜਾ ਟੁਰ ਗਿਆ ਦੂਸਰਾ ਕਾਰਨ ਤੂੰ ਦੁੱਖ ਕਿਉ ਮੰਨੇ ਦੁੱਖ ਅੰਦਰ ਵੜਿਆ ਤਾਂ ਬਜ ਪਈ ਬਜ ਪਈ ਤਾਂ ਨਾਮ ਗਿਆ ਨਾਮ ਗਿਆ ਤਾਂ ਖੇੜਾ ਗਿਆ ਖੇੜਾ ਗਿਆ ਤਾਂ ਜੀਵਨ ਕੀ ਰਹਿ ਗਿਆ ਨਿਰਾ ਬਲਣ ਜਿਵੇਂ ਚੁੱਲ੍ਹੇ ਵਿੱਚ ਬਾਲਣ ਦੇ ਬਲਣ ਦੀ ਕਿਰਿਆ ਹੋ ਰਹੀ ਹੈ ਤੇਵੇਂ ਸ਼ਰੀਰ ਵਿੱਚ ਅੰਨ ਦੇ ਬਲਣ ਦੀ ਕਿਰਿਆ ਹੈ ਨਿਰਾ ਬਲਣਾ ਧਰਤੀ ਦੇ ਅੰਦਰ ਹੋ ਰਿਹਾ ਹੈ ਹਾਂਜੀ ਤੂੰ ਦੁੱਖ ਕਿਉ ਮੰਨੇ ਦੁੱਖ ਅੰਦਰ ਵੜਿਆ ਤਾਂ ਬਜ ਪਈ ਬਜ ਪਈ ਤਾਂ ਨਾਮ ਗਿਆ ਨਾਮ ਗਿਆ ਤਾਂ ਖੇੜਾ ਗਿਆ ਖੇੜਾ ਗਿਆ ਤਾਂ ਜੀਵਨ ਕੀ ਰਹਿ ਗਿਆ ਨਿਰਾ ਬਲਣਾ ਜਿਵੇਂ ਚੁੱਲ੍ਹੇ ਵਿੱਚ ਬਾਲਣ ਦੇ ਬਲਣ ਦੀ ਕਿਰਿਆ ਹੋ ਰਹੀ ਹੈ ਤਵੇਂ ਸ਼ਰੀਰ ਵਿੱਚ ਅੰਦਰ ਦੇ ਬਲਣ ਦੀ ਕਿਰਿਆ ਹੈ ਨਿਰਾ ਬਲਣਾ ਧਰਤੀ ਦੇ ਅੰਦਰ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ